ਮੰਤਰੀ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਰੈੱਡ ਕਰਾਸ ਭਵਨ ਜਲੰਧਰ ਵਿਖੇ ਨਸ਼ਾ ਵਿਰੋਧੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰੀ। ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ, ਕਮਿਸ਼ਨਰ ਪੁਲਿਸ ਜਲੰਧਰ, SSP ਦਿਹਾਤੀ ਜਲੰਧਰ, ਸਿਵਲ ਸਰਜਨ ਜਲੰਧਰ, SDM ਜਲੰਧਰ ਤੋਂ ਇਲਾਵਾ ਬਹੁਤ ਸਾਰੇ ਸਰਕਾਰੀ ਅਦਾਰਿਆਂ ਨੇ ਹਿੱਸਾ ਲਿਆ। ਗਾਖਲਾ ਧਾਰੀਵਾਲ ਸੀਨੀਅਰ ਸੈਕੰਡਰੀ ਗਰਲਸ ਦੀਆਂ ਵਿਦਿਆਰਥਣਾਂ ਨੇ ਨੁੱਕੜ ਨਾਟਕ ਪੇਸ਼ ਕਰਕੇ ਨਸ਼ੇ ਨੂੰ ਖਤਮ ਕਰਨ ਦਾ ਸੁਨੇਹਾ ਦਿੱਤਾ। ਐਂਟੀ ਡਰੱਗ ਡੇ ਅੱਜ ਅਸੀਂ ਇੱਥੇ ਮਨਾਇਆ। ਉਹਦੇ 'ਚ ਵੱਖ ਵੱਖ ਸਮਾਜ ਦੇ ਸਟ੍ਰੀਮਸ ਤੋਂ ਲੋਕਾਂ ਨੂੰ ਇਨਵਾਈਟ ਕੀਤਾ ਸੀ। ਕੁਛ ਮਰੀਜ਼ ਜਿਹੜੇ ਆਪਣਾ ਟ੍ਰੀਟਮੈਂਟ ਕਰਾ ਰਹੇ ਨੇ, ਕੁਛ ਐਸੇ ਲੋਕ ਜਿਹੜੇ ਰੀਹੈਬ 'ਚੋਂ ਨਿਕਲ ਕੇ ਨੋਰਮਲ ਜ਼ਿੰਦਗੀ ਬਤੀਤ ਕਰ ਰਹੇ, ਔਰ ਪੁਲਿਸ ਅਧਿਕਾਰੀ, ਬੱਚੇ ਸਕੂਲ ਦੇ, ਔਰ ਹੈਲਥ ਡਿਪਾਰਟਮੈਂਟ ਦੇ ਔਰ ਐਜੂਕੇਸ਼ਨ ਡਿਪਾਰਟਮੈਂਟ ਦੇ ਵੀ ਲੋਕ ਆਏ ਆ। ਸੋ ਇਹਦੇ 'ਚ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ ਇਹੀ ਮੈਸੇਜ ਦਿੱਤਾ ਗਿਆ ਕਿ ਅਸੀਂ ਆਪਣਾ ਆਪਣਾ ਰੋਲ ਜਿੱਥੇ ਵੀ ਅਸੀਂ ਸਮਾਜ 'ਚ ਹੈਗੇ ਹਾਂ ਉਹ ਸਹੀ ਨਿਭਾਈਏ ਤਾਂ ਸਾਡਾ ਸਮਾਜ ਡੈਫੀਨੇਟਲੀ ਨਸ਼ਾ ਮੁਕਤ ਹੋ ਜਾਏਗਾ। ਔਰ ਇਹਦੇ 'ਚ ਸਭ ਨੇ ਇੱਥੇ ਅੱਜ ਪ੍ਰਣ ਵੀ ਕੀਤਾ, ਔਰ ਮੈਨੂੰ ਪੂਰੀ ਉਮੀਦ ਹੈ ਕਿ ਇਸ ਦੇ ਮੁਤਾਬਕ ਹੀ ਸਾਰੇ ਆਪਣੇ ਨਾਲ ਜਦੋਂ ਇਹ ਭਾਵਨਾ ਲੈ ਕੇ ਜਾਣਗੇ ਤਾਂ ਸਾਡਾ ਸਮਾਜ, ਸਪੈਸ਼ਲੀ ਸਾਡਾ ਜਲੰਧਰ ਜ਼ਿਲ੍ਹਾ, ਇਸ ਦੇ ਵਿੱਚ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਇਸ ਨਿਆਮਤ ਦੇ ਅਗੇਂਸਟ ਲੜਾਈ ਦੇ ਵਿੱਚ ਫਸਟ ਆਏਗਾ। ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਵਿਜ਼ਨ ਬਹੁਤ ਕਲੀਅਰ ਹੈ। ਪਿਛਲੇ 2.5 ਸਾਲਾਂ ਦੌਰਾਨ ਨਸ਼ੇ ਨੂੰ ਰੋਕਣ ਦੇ ਲਈ ਵੱਖ ਵੱਖ ਤਰ੍ਹਾਂ ਦੇ ਉੱਦਮ ਕੀਤੇ ਗਏ ਨੇ। ਉਸ 'ਚ ਜਿਹੜਾ ਇਨਫੋਰਸਮੈਂਟ ਦਾ ਕੰਮ ਵੀ ਹੋਇਆ ਹੈਗਾ, ਵੱਡੀ ਪ੍ਰੋਗਰਾਮ ਦੇ ਰਾਹੀਂ ਵੀ ਅਸੀਂ ਲੋਕਾਂ ਤੱਕ ਪਹੁੰਚ ਕੀਤੀ ਹੈ, ਡੈਪੋ ਪ੍ਰੋਗਰਾਮ ਦੇ ਰਾਹੀਂ ਕੀਤੀ ਹੈ। ਮਲਟੀਫੈਸੇਟਿਡ ਪ੍ਰੋਬਲਮ ਹੈਗੀ ਹੈ, ਜਿੱਥੇ ਅਸੀਂ ਨਸ਼ਿਆਂ ਦੀ ਸਪਲਾਈ ਨੂੰ ਘੱਟ ਕੀਤਾ, ਉੱਥੇ ਹੀ ਇਹਦੀ ਡਿਮਾਂਡ ਸਾਈਡ 'ਤੇ ਕਾਬੂ ਪਾਉਣ ਦੇ ਲਈ ਸਾਨੂੰ ਆਪਦੇ ਨੌਜਵਾਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਨਾਲ ਜੁੜਨਾ ਪਏਗਾ, ਉਹਨਾਂ ਦੀ ਗੱਲ ਸਮਝਣੀ ਪਏਗੀ। ਅਸੀਂ ਕਾਫੀ ਹੱਦ ਤੱਕ ਕਾਮਯਾਬ ਹੋਏ ਹਾਂ, ਪਰ ਸਮੱਸਿਆ ਐਡੀ ਵਿਕਰਾਲ ਹੈ, ਇਹਦੇ ਲਈ ਕਾਫੀ ਲੰਬਾ ਪੰਧ ਹੈਗਾ। ਪਰ ਗਵਰਨਮੈਂਟ ਦੇ ਵਿਜ਼ਨ ਦੇ ਅਨੁਸਾਰ ਅਸੀਂ ਔਰ ਪੁਲਿਸ ਪ੍ਰਸ਼ਾਸਨ ਅਸੀਂ ਸਾਰੇ ਕਮਿਟਡ ਹੈ, ਔਰ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ 'ਤੇ ਅਸੀਂ ਇਸ ਗੱਲ ਦਾ ਅਹਿਦ ਲਿੱਤਾ ਕਿ ਆਉਣ ਵਾਲੇ ਵਰ੍ਹੇ ਦੇ ਵਿੱਚ ਅਸੀਂ ਹੋਰ ਵੀ ਜ਼ੀਲ ਦੇ ਨਾਲ ਕੰਮ ਕਰਾਂਗੇ ਅਤੇ ਇਸ ਕੋਡ ਨੂੰ ਜਿਹੜਾ ਸਮਾਜ ਦੇ ਵਿੱਚੋਂ ਪੁੱਟ ਕੇ ਬਾਹਰ ਦੂਰ ਕਰਾਂਗੇ। ਇਹ ਮੁਹਿੰਮ ਛੇੜੀ ਗਈ ਹੈ, ਉਸ ਦੇ ਵਿੱਚ ਅੱਜ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਦੇ ਦੌਰਾਨ ਰੈੱਡ ਕਰਾਸ ਭਵਨ ਦੇ ਵਿੱਚ ਜਲੰਧਰ ਵਿੱਚ ਇੱਕ ਬੜਾ ਵੱਡਾ ਸਮਾਗਮ ਕੀਤਾ ਗਿਆ। ਇਸ ਸਮਾਗਮ ਦੇ ਵਿੱਚ ਹਰ ਟਾਈਪ ਦੀਆਂ ਨਸ਼ੇ ਦੇ ਖਿਲਾਫ ਪ੍ਰੋਬਲਮਸ ਡਿਸਕਸ ਕੀਤੀਆਂ ਗਈਆਂ। ਨਸ਼ੇ ਦੇ ਖਿਲਾਫ ਲੋਕਾਂ ਨੇ ਅੱਜ ਬਹੁਤ ਵੱਡਾ ਪ੍ਰਣ ਲਿਆ ਕਿ ਲੋਕ ਅਤੇ ਐਡਮਿਨਿਸਟ੍ਰੇਸ਼ਨ ਸਾਰੇ ਇਕੱਠੇ ਹੋ ਕੇ ਅਤੇ ਇਸ ਨਸ਼ੇ ਦੀ ਜਿਹੜੀ ਡਿਜ਼ੀਜ਼ ਹੈ ਇਹਨੂੰ ਛੇਤੀ ਪੰਜਾਬ ਵਿੱਚੋਂ ਖਤਮ ਕਰਨਗੇ। ਮੈਨੂੰ ਉਮੀਦ ਹੈ ਕਿ ਇਸੇ ਤਰੀਕੇ ਨਾਲ ਜੇ ਲੋਕ ਸਾਥ ਦਿੰਦੇ ਰਹੇ ਅਤੇ ਅਸੀਂ ਸਾਰੇ ਹੀ ਐਡਮਿਨਿਸਟ੍ਰੇਸ਼ਨ ਵਾਲੇ ਅਤੇ ਪੁਲਿਸ ਵਾਲੇ ਤਕੜਿਆ ਹੋ ਕੇ ਇਸ ਨਸ਼ੇ ਦੇ ਜਿਹੜੀ ਕੋੜ ਹੈ ਜਾਂ ਡਿਜ਼ੀਜ਼ ਹੈ ਇਹਨੂੰ ਬਹੁਤ ਜਲਦੀ ਪੰਜਾਬ 'ਚੋਂ ਅਸੀਂ ਖਤਮ ਕਰਦੇ ਹਾਂ। ਪਿੰਕੀ ਜੀ ਕਿੱਥੋਂ ਆਏ ਤੁਸੀਂ? ਮੈਂ ਦਾਨਿਸ਼ ਮੰਦਾ ਤੋਂ ਹਾਂ ਅਤੇ ਮੇਰਾ ਸਕੂਲ ਗਾਖਲ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਗਾਖਲ ਧਾਲੀਵਾਲ। ਅਤੇ ਅੱਜ ਤੁਸੀਂ ਜਿਹੜਾ ਇਹ ਪ੍ਰੋਗਰਾਮ ਪੇਸ਼ ਕੀਤਾ ਆ, ਇਹ ਕਿੱਥੋਂ ਦੀ ਪ੍ਰੇਰਣਾ ਔਰ ਕੀ? ਸਾਨੂੰ ਸਾਡੇ ਮਤਲਬ ਕਿ ਟੀਚਰ, ਸਾਡੇ ਸਕੂਲ ਮਤਲਬ ਕਿ ਸਾਨੂੰ ਪਹਿਲਾਂ ਕਰਵਾਉਂਦੇ ਸੀਗੇ ਨੀਲਾ ਮੈਮ ਅਤੇ ਮਨਜੀਤ ਮੈਮ, ਇਹ ਹੁਣ ਸਾਡੇ ਸਰ ਕੁਲਵਿੰਦਰ ਸਰ। ਸੋ ਮਤਲਬ ਕਿ ਇਹਨਾਂ ਸਾਨੂੰ ਨਸ਼ਿਆਂ ਉੱਤੇ ਮਤਲਬ ਕਿ ਕਰਵਾਇਆ, ਸੋ ਇਸ ਕਰਕੇ ਆਪਾਂ ਇਹਨਾਂ ਉਹਨਾਂ ਤੋਂ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਸਾਨੂੰ ਇਹ ਨਾਟਕ ਕਰਨ ਲਈ ਕਿਹਾ। ਤੁਸੀਂ ਕਿਸੇ ਨੂੰ ਨਸ਼ਾ ਕਰਦੇ ਦੇਖਿਆ ਵੀ ਆ? ਨਹੀਂ। ਹਾਂਜੀ, ਖੁਦ ਪਿੰਡ 'ਚ ਦੇਖੀ ਦਾ ਵਾ। ਹਾਂਜੀ, ਖੁਦ ਪਿੰਡ 'ਚ ਹਰਪ੍ਰੀਤ ਕੌਰ। ਮੈਂ ਖੁਦ ਪਿੰਡ 'ਚ ਦੇਖਦੀ ਹਾਂ ਕਈ ਨੌਜਵਾਨਾਂ ਨੂੰ, ਕਈਆਂ ਜੇ ਬਜ਼ੁਰਗਾਂ ਨੂੰ ਵੀ ਦੇਖਦੀ ਹਾਂ। ਖੁਦ ਮੇਰੇ ਦਾਦਾ ਜੀ ਨਸ਼ਾ ਕਰਦੇ ਸੀ, ਜਿਸ ਕਾਰਨ ਉਹਨਾਂ ਨੂੰ ਕੈਂਸਰ ਵੀ ਹੋਇਆ ਸੀਗਾ, ਅਤੇ ਹੁਣ ਇਹ ਨਸ਼ਾ ਰੋਕਣ ਲਈ ਮੈਂ ਖੁਦ ਅੱਗੇ ਆਈ ਹਾਂ ਕਿ ਨਸ਼ਾ ਇੱਕ ਮਾੜੀ ਚੀਜ਼ ਹੈ, ਘਰ ਨੂੰ ਬਰਬਾਦ ਕਰ ਦਿੰਦਾ ਵਾ। ਤੁਸੀਂ ਇਹੋ ਜਿਹੀ ਹੋਰ ਕੀ ਆਵਾਜ਼ ਲੈ ਕੇ ਜਾਓਗੇ ਅੱਗੇ ਨੌਜਵਾਨਾਂ ਨੂੰ ਜਾਂ ਕੀ ਮੈਸੇਜ ਦਿੰਦੇ? ਆਪਾਂ ਤਾਂ ਆਹੀ ਮੈਸੇਜ ਦੇਵਾਂਗੇ ਕਿ ਜਿਹੜੀ ਅੱਜ ਕੱਲ੍ਹ ਦੀ ਨੌਜਵਾਨ ਦੀ ਪੀੜ੍ਹੀ ਹੈ ਉਹਨਾਂ ਨੂੰ ਨਸ਼ੇ ਨਹੀਂ ਕਰਨਾ ਚਾਹੀਦਾ, ਨਸ਼ਾ ਦੂਰ ਕਰਨਾ ਚਾਹੀਦਾ, ਸਗੋਂ ਆਪਣੇ ਅੰਦਰ ਜੋ ਵੀ ਕੋਈ ਚੰਗਾ ਇਨਸਾਨ ਹੁੰਦਾ ਉਹਨਾਂ ਨੂੰ ਬਾਹਰ ਲਿਆਉਣਾ ਚਾਹੀਦਾ। ਇਹ ਜੋ ਤੁਸੀਂ ਬੂਟੇ ਫੜੇ ਹੋ ਹੱਥਾਂ ਵਿੱਚ, ਇਹ ਕਿੱਥੋਂ ਲਏ ਆ ਅਤੇ ਕਿਹਨਾਂ ਨੇ ਦਿੱਤੇ? ਸਾਨੂੰ ਅੰਦਰ ਸਰ DC ਸਾਹਿਬ ਨੇ ਦਿੱਤੇ। DC ਸਾਹਿਬ ਨੇ ਦਿੱਤੇ ਆ, ਜਿਹੜਾ ਅਸੀਂ ਪ੍ਰੋਗਰਾਮ ਕੀਤਾ ਉਹਨਾਂ ਦੇ
ਮਤਲਬ ਆਧਾਰ ਤੇ ਕਿ ਤੁਸੀਂ ਅੱਗੇ ਵੀ ਤੋਂ ਵੀ ਵਧੀਆ ਕਰੋ ਤੇ ਆਪਣੇ ਦੇਸ਼ ਨੂੰ ਤੁਹਾਨੂੰ ਬੂਟੇ ਦੇ ਕੇ ਸਨਮਾਨ ਕੀਤਾ ਹਾਂਜੀ ਤੇ ਤੁਸੀਂ ਇਹ ਬੂਟੇ ਕਿੱਥੇ ਲਗਾਓਗੇ ਅਸੀਂ ਇਹ ਬੂਟੇ ਆਪਾਂ ਆਪਣੇ ਘਰ ਲਗਾਵਾਂਗੇ ਤੇ ਇਹਨਾਂ ਦੀ ਸਾਂਭ ਸੰਭਾਲ ਵੀ ਕਰਾਂਗੇ ਹਾਂਜੀ ਘਰ ਦੇ ਸਾਂਭ ਸੰਭਾਲ ਵੀ ਕਰਾਂਗੇ ਤੇ ਤੁਸੀਂ ਹੋਰ ਬੂਟੇ ਲਗਾਉਣ ਬਾਰੇ ਵੀ ਸੋਚੋਗੇ ਕਿਉਂਕਿ ਜਿੱਦਾਂ ਸਾਡੇ ਪਾਣੀ ਦਾ ਪੱਧਰ ਸਾਡਾ ਵਾਤਾਵਰਨ ਜਿਹੜਾ ਦੂਸ਼ਿਤ ਹੋ ਰਿਹਾ ਉਹਦੇ ਲਈ ਤੁਸੀਂ ਹੋਰ ਵੀ ਬੂਟੇ ਆਪਣੇ ਆਪਣੇ ਬੱਚੇ ਨੇ ਇੱਕ ਇੱਕ ਬੂਟਾ ਲਗਾਇਆ ਸੀ ਤੇ ਉਹ ਉਹਦੀ ਦੇਖਭਾਲ ਵੀ ਆਪ ਹੀ ਕਰਦੇ ਸੀ ਉਹਨੂੰ ਸਾਫ਼ ਕਰਨਾ ਉਹਦੇ ਲਾਗੇ ਦੀਆਂ ਜਗ੍ਹਾ ਤੇ ਰਣਜੀਤ ਸਰ ਜਿਹੜੇ ਸਰ ਆ ਸਾਡੇ ਉਹ ਮਤਲਬ ਇਹਨਾਂ ਦੇ ਮਤਲਬ ਬੱਚਿਆਂ ਨੂੰ ਪ੍ਰੇਰਿਤ ਕਰਦੇ ਸੀ ਉਹ ਬੂਟੇ ਲਿਆ ਕੇ ਮਤਲਬ ਕਹਿੰਦੇ ਸੀ ਕਿ ਬੱਚੇ ਤੁਸੀਂ ਲਾਓ ਆਪਣੇ ਆਪਣੇ ਬੂਟੇ ਦਾ ਆਪ ਮਤਲਬ ਧਿਆਨ ਰੱਖੋ ਤੇ ਮਤਲਬ ਫਿਰ ਉਹਨੂੰ ਸਾਫ਼ ਸਫਾਈ ਅਸੀਂ ਆਪ ਕਰਦੇ ਸੀ ਸਾਡਾ ਆਪਣਾ ਆਪਣਾ ਇੱਕ ਬੂਟਾ ਹੁੰਦਾ ਸੀ ਜਿਹਨੂੰ ਅਸੀਂ ਸਾਫ਼ ਸਫਾਈ ਇਹੀ ਦੇਣਾ ਚਾਹੁੰਦੀ ਹਾਂ ਕਿ ਸੰਦੇਸ਼ ਕਿ ਸਾਰੇ ਨੌਜਵਾਨ ਜਿਨ੍ਹਾਂ ਨੇ ਵੀ ਸਾਡਾ ਨਾਟਕ ਦੇਖਿਆ ਇਹ 'ਚ ਅਸੀਂ ਇਹ ਦੱਸਿਆ ਹੋਇਆ ਕਿ ਕਿੱਦਾਂ ਉਹ ਆਪਣੇ ਘਰ ਉਹਦਾ ਘਰ ਬਰਬਾਦ ਹੁੰਦਾ ਕਿੱਦਾਂ ਉਹਦੇ ਮਾਂ ਪਿਓ ਗਲੀਆਂ 'ਚ ਉਹਨੂੰ ਲੱਭਦੇ ਫਿਰਦੇ ਆ ਕਿ ਜਿਹੜਾ ਵੀ ਇਹ ਸਾਡਾ ਨਾਟਕ ਦੇਖਦਾ ਵਾ ਪਲੀਜ਼ ਉਹਨੂੰ ਹੱਥ ਜੋੜ ਕੇ ਬੇਨਤੀ ਆ ਕਿ ਉਹ ਨਸ਼ਾ ਛੱਡੇ ਅਤੇ ਨਸ਼ਾ ਅੱਗੇ ਸਾਡੇ ਨਾਲ ਆਵੇ ਕਿ ਨਸ਼ਾ ਛਡਾਉਣ 'ਚ ਸਾਡੀ ਵੀ ਹੈਲਪ ਕਰੇ ਇਹ ਸੀ ਜੀ ਗਾਖਲ ਸਕੂਲ ਦੀਆਂ ਸੀਨੀਅਰ ਸੈਕੰਡਰੀ ਸਕੂਲ ਦੀਆਂ ਗਰਲਸ ਜਿਨ੍ਹਾਂ ਨੇ ਬਹੁਤ ਵਧੀਆ ਨਾਟਕ ਪੇਸ਼ ਕੀਤਾ ਇਹਨਾਂ ਨੇ ਦਿਖਾਇਆ ਕਿ ਕਿੱਦਾਂ ਸਮਾਜ ਵਿੱਚ ਅੱਜ ਨਸ਼ਾ ਵਿਕ ਰਿਹਾ ਅਤੇ ਨਸ਼ੇ ਦੀ ਗਲਤ ਵਿੱਚ ਨੌਜਵਾਨ ਫਸ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਆ ਅਤੇ ਅੱਜ ਜੋ ਸਰਕਾਰ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਆ ਉਹਦੇ ਸੰਬੰਧ ਵਿੱਚ ਉਹਨਾਂ ਨੇ ਨੁੱਕੜ ਨਾਟਕ ਪੇਸ਼ ਕਰਕੇ ਇੱਕ ਸੇਧ ਦਿੱਤੀ ਆ ਕਿ ਨੌਜਵਾਨੋ ਨਸ਼ਾ ਨਾ ਕਰੋ ਨਸ਼ਾ ਨਾ ਕਰੋ ਨਸ਼ਾ ਨਾ ਕਰੋ।